ਮੌਜਾਂ ਮੌਜਾਂ ਸ਼ਾਮ ਸਵੇਰੇ ਹੁਣ ਮੌਜਾਂ ਮੌਜਾਂ ਸੁਣਿਆ ਸੀ ਗਾਣਾ ਮੈਂ ਉਹੀ ਪੁੱਛਣ ਲੱਗਾ ਉਹ ਸੁਣਨ ਲੱਗੇ ਉਹ ਸੁਣਨ ਨਹੀਂ ਲੱਗੇ ਤੇ ਆਪਾਂ ਵੇਖਣ ਲੱਗੇ ਆ ਟ੍ਰੇਲਰ ਟ੍ਰੇਲਰ ਦਾ ਨਾਂ ਹੈ ਮੌਜਾਂ ਹੀ ਮੌਜਾਂ ਮੌਜਾਂ ਹੀ ਮੌਜਾਂ ਪੰਜਾਬੀ ਫਿਲਮ ਦਾ ਜੀ ਟ੍ਰੇਲਰ ਆਇਆ ਇੱਕ ਤੇ ਟ੍ਰੇਲਰ ਕਿਹੜੀ ਫਿਲਮ ਦਾ ਮੌਜਾਂ ਹੀ ਮੌਜਾਂ ਦਾ ਲੇਕਿਨ ਉਹਦੇ ਵਿੱਚ ਮੇਨ ਰੋਲ ਤੁਹਾਨੂੰ ਦੱਸ ਦਿੰਦੇ ਆ ਤਿੰਨ ਬੰਦਿਆਂ ਦਾ ਨਾਂ ਲਾਂਗੇ ਤੁਸੀਂ ਕਹਿਣਾ ਓਏ ਹੋਏ 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 ਪਹਿਲਾਂ ਲਵੋ ਪਹਿਲੇ ਪਹਿਲਾਂ ਲਾਂਗਾ ਜੀ ਗਿੱਪੀ ਗਰੇਵਾਲ ਕਮਾਲ ਹੋ ਗਿਆ ਜੀ ਦੂਸਰਾ ਨਾਮ ਬਿੰਨੂ ਢਿੱਲੋਂ ਓਏ ਲਵ ਯੂ ਹੋ ਗਿਆ ਜੀ ਕਰਮਜੀਤ ਅਨਮੋਲ ਓਏ ਸ਼ਹਿਜ਼ਾਦੇ ਨੇ ਉਹਦੇ ਆਪਣੇ ਤੇ ਤਿੰਨ ਬੰਦੇ ਐਸੇ ਨੇ ਕਿ ਫਿਲਮ ਬੰਦੇ ਜੋ ਮਰਜ਼ੀ ਹੋਵੇ ਯਾਰ ਫਿਲਮ ਸਵਾਦ ਦੇਗੀ ਐਕਟਿੰਗ ਐਂਡ ਹਾਂ ਤੇ ਬਾਕੀ ਆਪਾਂ ਜਿਹੜਾ ਇਹ ਵੇਖਨੇ ਆ ਜੀ ਟ੍ਰੇਲਰ ਪਹਿਲੇ ਟ੍ਰੇਲਰ ਕਿਦਾਂ ਦਾ ਟ੍ਰੇਲਰ ਵੇਖਾਂਗੇ ਤੇ ਪਤਾ ਲੱਗੇਗਾ ਤੇ ਟ੍ਰੇਲਰ ਵੇਖ ਲਈਏ ਜੀ ਬੜੀ ਰਿਕੁਐਸਟ ਆਉਣ ਰਹੀ ਸੀ ਬਹੁਤ ਕਮੈਂਟ ਆਉਣ ਰਹੇ ਹਨ ਕਿ ਯਾਰ ਮੌਜਾਂ ਮੌਜਾਂ ਦਾ ਟ੍ਰੇਲਰ ਵੇਖੋ ਲਓ ਫਿਰ ਬੈਲ ਵਜਾਓ ਏ ਏ ਆਇਓ ਨੀ ਏ ਇੱਧਰ ਆ ਬੱਜੀ ਨੀ ਬੱਜੀ ਬੱਜੀ ਅੰਗ 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 ਠੀਕ ਹੈ ਧੀਏ ਜੇ ਤੈਨੂੰ ਇਹ ਨਮੂਨਾ ਪਸੰਦ ਹੈ ਤਾਂ ਕਰ ਲੈ ਪਿਆ ਇਹ ਨਹੀਂ ਕਹਿ ਸਕੇਂਗੀ ਇਹ ਜੀ ਸੁਣਦੇ ਹੋ ਕਿਉਂਕਿ ਇਹ ਜੀ ਤਾਂ ਸੁਣਦੇ ਹੀ ਨਹੀਂ ਮੈਨੂੰ ਪਤਾ ਹੀ ਨੀ ਸੀ ਕਿ ਇਹ ਉਹ ਵੀ ਉਤੋਂ ਗੋਰੀ ਪੁਲਿਸ ਬਣੇ ਹੋਏ ਨੇ ਬਾਹਰ ਦੀ ਪੁਲਿਸ ਬਣੇ ਆ ਵਾਹ ਜੀ ਵਾਹ ਵੇਖੋ ਜੀ ਸਾਰਿਆਂ ਦੇ ਬੜਾ ਲੈਂਦੇ ਵਾਲੇ ਲੈਂਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਵਧੀਆ ਕੰਮ ਕਰਨ ਡੇ ਨੇ ਮਿਲ ਕੇ ਕੰਮ ਕਰਨ ਡੇ ਨੇ ਸਾਨੂੰ ਖੁਸ਼ੀ ਬਹੁਤੀ ਹੁੰਦੀ ਹੈ ਕਿ ਜਦੋਂ ਅਸੀਂ ਆਨੇ ਯਾਰ ਸਾਡੇ ਨਾਲ ਲੈਂਦੇ ਪੰਜਾਬ ਵਾਲੇ ਵੀ ਨਾਲ ਨੇ ਚੜ੍ਹਦੇ ਮਤਲਬ ਇੱਕੋ ਉਹ ਫੀਲਿੰਗ ਆਉਂਦੀ ਹੈ ਕਿ ਜਿਵੇਂ ਅਸੀਂ ਇੱਕੋ ਹੀ ਅੱਜ ਇਕੱਠੇ ਹੀ ਆ ਨਾ ਸਾਰੇ ਹਾਂ ਸਾਰੇ ਸਾਡੀ ਆਪਣੀ ਹੈਲੋ ਬ੍ਰਦਰਸ ਮੇਰਾ ਨਾ ਇੱਕ ਫਰੈਂਡ ਹੈ ਉਹ ਤੁਹਾਨੂੰ ਤਿੰਨਾਂ ਨੂੰ ਮਿਲਣਾ ਚਾਹੁੰਦਾ ਹੈ ਸਾਡੇ ਵਿਆਹ ਦੀ ਗੱਲ ਕਰਨ ਲਈ ਮੇਰੇ ਡੈਡ ਨੂੰ ਹੈਂਡੀਕੈਪ ਲੋਕਾਂ ਤੋਂ ਪ੍ਰੋਬਲਮ ਹੈ ਜੇ ਮੇਰੇ ਡੈਡ ਤੋਂ ਥੋੜੀ ਤਾਂ ਸਾਡਾ ਵਿਆਹ ਹੋ ਸਕਦਾ ਆਪਣੀ ਭੈਣ ਦੀ ਖੁਸ਼ੀ ਕਰਕੇ ਜੇ ਆਪਾਂ ਨੂੰ ਦੋ ਚਾਰ ਝੂਠ ਬੋਲਣੇ ਵੀ ਪੈ ਗਏ ਇਹਦੇ ਚ ਕੀ ਗਲਤ ਹੈ ਯਾਰ ਮੈਂ ਤੁਸੀਂ ਪੱਤ ਮਾਰਿਆ ਤੈਨੂੰ ਤੇ ਸੁਣਦਾ ਨੀ ਤੈਨੂੰ ਕਿਉਂ ਪਤਾ ਲੱਗਾ ਮੇਰੇ ਕੰਨ ਖਰਾਬ ਨੇ ਨੱਕ ਨੀ ਅੱਛਾ 20 ਅਕਤੂਬਰ ਨੂੰ ਆ ਰਹੀ ਹੈ ਤੇ ਅਮਰਦੀਪ ਸਿੰਘ ਆਪਣਾ ਸਮੀਪ ਕੰਗ ਨੇ ਡਾਇਰੈਕਟ ਕੀਤੀ ਹੈ ਤੇ ਪ੍ਰੋਡਿਊਸ ਬਾਏ ਅਮਰਦੀਪ ਗਰੇਵਾਲ
ਅੱਛਾ ਬਹੁਤ ਹੀ ਫਨੀ। ਅੱਛਾ ਇਹ ਉਹ ਫਿਲਮ ਨਹੀਂ ਸੀ ਯਾਰ ਮੁੰਡੇ ਕਮਾਲ ਦੇ? ਹਾਂ ਮੁੰਡੇ ਕਮਾਲ ਦੇ ਅੰਦਰ ਵਿੱਚ ਬੰਦੇ ਸੀ ਉਹਦੇ ਵਿੱਚ ਇਹਦਾ ਮਿਲ ਗਿਆ ਅੰਨਾ ਉੱਥੇ ਵੀ ਅੰਨਾ ਬਣਿਆ ਉੱਥੇ ਵੀ ਉਹ ਅੰਨੇ ਦਾ ਰੋਲ ਹੀ ਬੜਾ ਸੋਹਣਾ ਕਰਦਾ। ਹਾਂ ਅੰਨੇ ਦਾ ਰੋਲ ਸੋਹਣਾ ਕਰਦਾ ਰੋਲ ਕਰਦਾ ਬਹੁਤ ਉਹਦੇ ਵਿੱਚ ਵੀ ਅੰਨਾ ਹੀ ਬਣੇ ਸੀ ਤੇ ਉਹਦੇ ਵਿੱਚ ਤੇ ਉਹਦੇ ਵਿੱਚ ਆਇਆ ਉਹ ਸੀ ਦੂਜਾ ਬੀਨੂ ਢਿੱਲੋਂ ਅੰਨਾ ਬਣਿਆ ਸੀ ਨਾਲ ਉਹ ਯਾਰਨ ਮੂਲੇ ਵਿੱਚ ਮੁੰਡਾ ਆਉਂਦਾ ਸੀ ਇੱਕ ਉਹ ਗੁੰਡਾ ਬਣਿਆ ਸੀ ਤੇ ਨਾਲ ਅਮਰਿੰਦਰ ਗਿੱਲ ਉੱਥੇ ਬੋਲਾ ਬਣਿਆ ਸੀ ਉਹ ਜਿਹੜਾ ਮਿਸਟਰ ਮਿਸ 420 ਦੇ ਵਿੱਚ ਮੁਰਗੀਆਂ ਜੀਆਂ ਚੁੰਝਾਂ ਕੱਢਦਾ ਉਹ ਵਾਲਾ ਤੇ ਬਾਕੀ ਇਹ ਹੈ ਕਿ ਮੌਜਾਂ ਹੀ ਮੌਜਾਂ ਗਾਣੇ ਦੀ ਵਜ੍ਹਾ ਤੋਂ ਇਹਦਾ ਨਾਂ ਰੱਖਦਾ ਮੌਜਾਂ ਹੀ ਤਿੰਨਾਂ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ ਨਾ ਨਹੀਂ ਇੱਕ ਚੀਜ਼ ਹੈ ਕਿ ਇਹ ਉਹਦਾ ਪਾਰਟ 2 ਵੀ ਹੋ ਸਕਦਾ ਸੀ ਮੁੰਡੇ ਕਮਾਲ ਦੇ ਮਤਲਬ ਸੇਮ ਉਹੀ ਚੀਜ਼ ਜਿਹੜੀ ਉਹ ਲੈ ਕੇ ਆਏ ਨੇ ਤੇ ਬਾਕੀ ਇਹ ਹੈ ਕਿ ਉਹਦਾ ਮੁੰਡੇ ਕਮਾਲ ਦੇ 2 ਨਹੀਂ ਰੱਖੀ ਇਹਨਾਂ ਨੇ ਉਹ ਹੋਰ ਉਹ ਕਿਹੜੇ ਬੰਦੇ ਨੇ ਡਾਇਰੈਕਟ ਕੀਤੀ ਸੀ ਪਹਿਲਾਂ ਹੋਰ ਬੰਦੇ ਦੀ ਹੋਣੀ ਹੈ ਤਾਂ ਫਿਰ ਲੇਕਿਨ ਇਹ ਹੈ ਕਿ ਬਹੁਤ ਕਮੇਡੀ ਹੋਣੀ ਇਹਦੇ ਵਿੱਚ ਵੀ ਬਹੁਤ ਕਮੇਡੀ ਹੋਣੀ ਇਹਦੇ ਵਿੱਚ ਯੁਵਰਾਜ ਸਿੰਘ ਨੂੰ ਪਾ ਲਿਆ ਉਹਦੇ ਵਿੱਚ ਜਸਵਿੰਦਰ ਭੱਲਾ ਸੀ ਉਹਦੇ ਮੁੰਡੇ ਕਮਾਲ ਦੇ ਵਿੱਚ ਜਸਵਿੰਦਰ ਭੱਲਾ ਸੀ ਤੇ ਜਸਵਿੰਦਰ ਭੱਲੇ ਨੇ ਉਹ ਮਤਲਬ ਪੁੱਠੇ ਸਿੱਧੇ ਸਵਾਲ ਉਹ ਕੁੜੀ ਬੜਾ ਸੂਟ ਕੀਤਾ ਸੀ ਜਸਵਿੰਦਰ ਭੱਲੇ ਦੀਆਂ ਕੁੜੀਆਂ ਸੀ ਇੱਥੇ ਸਮਝ ਲੋ ਇਹਨਾਂ ਦੀਆਂ ਇੱਥੇ ਯੁਵਰਾਜ ਸਿੰਘ ਨੂੰ ਪਾਇਆ ਲੇਕਿਨ ਆਂਦਾ ਮੈਂ ਬਿਲਕੁਲ ਠੀਕ ਠਾਕ ਆ ਵਧੀਆ ਨਹੀਂ ਇੰਨੀ ਜਾਂਦਾ ਇਸ ਉਮਰ ਚ ਇੰਨਾ ਤਾਂ ਬੰਦਾ ਹੋ ਹੀ ਜਾਂਦਾ ਫਿਰ ਨਹੀਂ ਉਹ ਕਹਦਾ ਸੀ ਨੇ ਚਾਚੇ ਨੂੰ ਪੱਦ ਤੂੰ ਮਾਰ ਆਹੋ ਗੱਲ ਉਹਨਾਂ ਦੀ ਵੀ ਸਹੀ ਹੈ ਯਾਰ ਉਹਨੂੰ ਆਵਾਜ਼ ਨਹੀਂ ਆਈ ਉਹਨੂੰ ਬੋਧ ਆਈ ਹੈ ਯਾਰ ਜ਼ਰੂਰੀ ਹੈ ਕਿ ਬੋ ਇਸ ਚੀਜ਼ ਦੀ ਹੋਵੇ ਲੇਕਿਨ ਇਹ ਹੈ ਕਿ ਫਿਲਮ ਬਹੁਤ ਵਧੀਆ ਤੇ ਸਿਨੇਮਾਜ਼ ਦੇ ਵਿੱਚ ਲੱਗ ਰਹੀ ਹੈ ਜੀ 20 ਅਕਤੂਬਰ ਨੂੰ ਲੱਗੇਗੀ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਦਸਵੇਂ ਮਹੀਨੇ ਚ ਚਲੋ ਜੀ ਆ ਰਹੀ ਲੇਕਿਨ 20 ਅਕਤੂਬਰ ਨੂੰ ਆ ਰਹੀ ਹੈ ਦਿਨ ਜਿੰਨੇ ਵੀ ਆਉਣ ਵਿੱਚ ਲੇਕਿਨ ਇਹ ਹੈ ਕਿ ਵਧੀਆ ਤੇ ਨਾਸਰ ਚਨਿਓਟੀ ਕਮਾਲ ਦੇ ਵਿੱਚ ਸਾਡੇ ਐਕਟਰ ਆਏ ਨੇ ਵਧੀਆ ਉਹਨਾਂ ਨੂੰ ਫੁੱਟ ਪਈ ਹੈ ਉਹ ਵੇਖਣੀ ਪੈਣੀ ਆਲੂ ਚਾਲੂ ਪਏ ਸਨ ਮੂੰਹ ਦੇ ਸੁੱਜੇ ਪਏ ਸਨ ਚਲੋ ਵੇਖਦੇ ਹਾਂ ਫਿਰ ਆਪਾਂ ਫਿਲਮ ਆਉਂਦੀ ਹੈ ਤੇ ਟ੍ਰੇਲਰ ਬਹੁਤ ਵਧੀਆ ਸੀ ਕਿੱਦਾਂ ਲੱਗਾ ਤੁਹਾਨੂੰ ਕਮੈਂਟ ਕਰਕੇ ਦੱਸੋ ਮਿਲਦੇ ਹਾਂ ਅਗਲੇ ਵੀਡੀਓ 'ਚ